ਸਤਿ ਸ਼੍ਰੀ ਅਕਾਲ ਜੀ ਮੈਂ ਸੰਦੇਸ਼ ਵਾਲਕ ਸ਼ਰਮਾ ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਝੋਨੇ ਦੀ ਖਰੀਦ ਨੂੰ ਲੈ ਕੇ ਜੋ ਦੇਰੀ ਹੋਈ ਹੈ ਉਸ ਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰ ਰਹੇ ਸੁਖਬੀਰ ਸਿੰਘ ਬਾਦਲ ਬਾਦਲ ਸਾਹਿਬ ਜਿਸ ਤਰੀਕੇ ਨਾਲ ਦੇਰੀ ਕੀਤੀ ਗਈ ਕੀ ਕਹਿਣਾ ਕੀ ਕਾਰਨ ਨਜ਼ਰ ਆ ਰਿਹਾ ਜੇ ਪਹਿਲੀ ਤਰੀਕ ਨੂੰ ਪ੍ਰੋਕਿਓਰਮੈਂਟ ਹੈ ਲੇਬਰ ਦੇ ਟੈਂਡਰ ਫਾਈਨ ਹੋਣੇ ਚਾਹੀਦੇ ਹੈ ਬਾਰਦਾਨਾ ਮੰਡੀਆਂ 'ਚ ਹੋਣਾ ਚਾਹੀਦਾ ਹੈ ਲਿਫਟਿੰਗ ਦੇ ਹੋਣੇ ਚਾਹੀਦੇ ਹਲੇ ਤੱਕ ਕੁਛ ਨਹੀਂ ਹੋਇਆ ਹੁਣ ਜਿਵੇਂ ਤੁਸੀਂ ਇੱਥੇ ਆਏ ਹੋ ਕੀ ਮੋਇਸਚਰ ਲੈਵਲ ਕਿੰਨਾ ਨਿਕਲਿਆ 12.9 ਮੋਇਸਚਰ ਲੈਵਲ ਹੈ ਜਿਹੜਾ 17 ਹੋਣਾ ਚਾਹੀਦਾ ਹੈ ਕਿੰਦੀ ਰਿਸਪੋਨਸੀਬਿਲਟੀ ਬਣਦੀ ਪੰਜਾਬ ਸਰਕਾਰ ਦੀ ਕਿਉਂਕਿ ਪੰਜਾਬ ਸਰਕਾਰ ਜੇ ਚਾਹੇ ਅੱਜ ਸ਼ੁਰੂ ਕਰ ਸਕਦੀ ਹੈ ਉਹਨਾਂ ਨੂੰ ਇਮੀਡੀਏਟਲੀ ਪੰਜਾਬ ਦੇ ਕਿਸਾਨਾਂ ਦੀ ਬਾਂਹ ਫੜਨੀ ਚਾਹੀਦੀ ਹੈ ਨਾ ਕੀਤਾ ਗਿਆ ਤੇ ਅੱਗੋਂ ਕੀ ਫਿਰ ਅਕਾਲੀ ਦੇ ਅਗਲਾ ਫੈਸਲਾ ਕਰੂਗਾ ਤੁਸੀਂ ਸੁਣਦੇ ਸੀ ਸੁਖਬੀਰ ਸਿੰਘ ਬਾਦਲ ਸਾਡੇ ਨਾਲ ਸੀ ਉਹਨਾਂ ਦਾ ਕਹਿਣਾ ਸੀ ਕਿ ਫਿਲਹਾਲ ਮੋਇਸਚਰ ਲੈਵਲ ਜਿਹੜਾ ਬਹਾਨਾ ਲਾਇਆ ਜਾ ਰਿਹਾ ਉਹ 12.9 ਆਇਆ 17 ਤੱਕ ਖਰੀਦ ਕੀਤੀ ਜਾ ਸਕਦੀ ਹੈ ਟੋਟਲੀ ਉਹਨਾਂ ਦਾ ਕਹਿਣਾ ਹੈ ਕਿ ਇਹ ਪੰਜਾਬ ਸਰਕਾਰ ਦਾ ਫੇਲੀਅਰ ਹੈ ਕੈਮਰਾਮੈਨ ਅਮਨਦੀਪ ਦੇ ਨਾਲ ਨਵੀਨ ਸੇਠੀ ਪੰਜਾਬ ਕੇਸਰੀ ਜਗਬਾਣੀ ਚੰਡੀਗੜ੍ਹ ਦੇ ਜੋ ਮਸਲੇ ਨੇ ਉਹਦੇ 'ਚ ਅਸੀਂ ਵਾਅਦੇ ਨਹੀਂ ਕਰ ਰਹੇ ਗੱਲੇ ਆਪਾਂ ਗਰੰਟੀ ਦੇ ਰਹੇ ਕਿ ਵਾਅਦੇ ਦੇ ਕਈ ਵਾਰੀ ਬੋਲ ਕੇ ਲੋਕ ਮੁਕਰ ਵੀ ਜਾਂਦੇ ਨੇ ਅਤੇ ਇਹ ਸਾਰੀ ਅਰਵਿੰਦ ਕੇਜਰੀਵਾਲ ਜੀ ਦੀਆਂ ਗਰੰਟੀਆਂ ਨੇ ਕਿ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਜਦੋਂ ਲੋਕਲ ਬੋਡੀ ਵਿੱਚ ਆ ਜਾਏਗੀ ਅਤੇ ਚੰਡੀਗੜ੍ਹ ਵਿੱਚ ਜਗ੍ਹਾ ਜਗ੍ਹਾ ਦਿੱਲੀ ਵਾਂਗ ਸਰਕਾਰ ਤੋਂ ਪਹਿਲਾਂ ਤਾਂ ਦਬਾਅ ਪਾ ਕੇ ਪ੍ਰਾਈਮਰੀ ਐਜੂਕੇਸ਼ਨ ਅਤੇ ਪ੍ਰਾਈਮਰੀ ਹੈਲਥ ਲਵਾਂਗੇ ਲੋਕ ਜ਼ਿੰਮੇਵਾਰੀਆਂ ਤੋਂ ਭੱਜਦੇ ਨੇ ਆਮ ਆਦਮੀ ਪਾਰਟੀ ਹੈ ਜ਼ਿੰਮੇਵਾਰੀ ਲਏਗੀ ਅਤੇ ਜੇ ਜਿਹੜੀ ਮੁਹੱਲਾ ਕਲੀਨਿਕ ਦੀ ਚਰਚਾ ਪੂਰੀ ਦੁਨੀਆਂ 'ਚ ਹੁੰਦੀ ਹੈ ਭਾਵੇਂ ਚੰਡੀਗੜ੍ਹ ਦੇ ਪਿੰਡ ਹੋਣ ਭਾਵੇਂ ਕਲੋਨੀਆਂ ਹੋਣ ਭਾਵੇਂ ਅਰਬਨ ਏਰੀਆ ਹੋਵੇ ਹਰ ਥਾਂ 'ਤੇ ਉਹ ਖੋਲ੍ਹੀਆਂ ਜਾਣਗੀਆਂ ਸਰਕਾਰੀ ਜਿਵੇਂ ਮੈਂ ਦੱਸਿਆ 1076 ਸਰਕਾਰੀ ਸੁਵਿਧਾਵਾਂ ਨੂੰ ਤੁਹਾਡੇ ਘਰ ਤੱਕ ਪਹੁੰਚਾਉਣ ਲਈ ਉਹ ਸਿਸਟਮ ਸ਼ੁਰੂ ਕੀਤਾ ਜਾਏਗਾ ਚੰਡੀਗੜ੍ਹ ਵਿੱਚ ਪਾਰਕਿੰਗ ਦੀ ਬਹੁਤ ਵੱਡੀ ਦਿੱਕਤ ਹੈ ਜੀ ਪਾਰਕਿੰਗ ਦੇ ਚਾਰਜਸ ਬਹੁਤ ਜ਼ਿਆਦਾ ਨੇ ਅਤੇ ਲੋਕਾਂ ਦੀ ਸਹੂਲਤ ਵਾਸਤੇ ਵੱਧ ਤੋਂ ਵੱਧ ਅਤੇ ਫ੍ਰੀ ਪਾਰਕਿੰਗ ਦਾ ਪ੍ਰਬੰਧ ਕੀਤਾ ਜਾਏਗਾ ਵੱਡੇ ਟੈਕਸ ਲਾਏ ਗਏ ਨੇ ਬਹੁਤ ਜ਼ਿਆਦਾ ਬੇਹਿਸਾਬ ਟੈਕਸ ਪਿਛਲੇ ਕੁਛ ਸਾਲਾਂ ਵਿੱਚ ਕਿਉਂਕਿ ਆਪਾਂ ਦੇਖਿਆ ਪਿਛਲੇ 20-25 ਸਾਲਾਂ ਵਿੱਚ ਬੀਜੇਪੀ ਅਤੇ ਕਾਂਗਰਸ ਦੀ ਗੰਦੀ ਰਾਜਨੀਤੀ ਨੇ ਚੰਡੀਗੜ੍ਹ ਨੂੰ ਬਰਬਾਦ ਕਰ ਦਿੱਤਾ ਧਵਨ ਸਾਹਿਬ ਕੁਛ ਦਿਨ ਪਹਿਲਾਂ ਦੱਸਦੇ ਸੀ ਕਿ ਚੰਡੀਗੜ੍ਹ 'ਚ ਪੂਰੇ ਏਸ਼ੀਆ ਦਾ ਨੰਬਰ 1 ਸ਼ਹਿਰ ਹੁੰਦਾ ਸੀ ਅੱਜ ਬਹੁਤ ਪਿੱਛੇ ਰਹਿ ਗਿਆ ਇੰਡੀਆ ਵਿੱਚ ਵੀ ਸ਼ਹਿਰਾਂ ਦੀ ਜੇ ਗਿਣਤੀ ਹੋਵੇ ਡਿਵੈਲਪ ਸ਼ਹਿਰਾਂ ਦੀ ਤਾਂ ਉਹਦੇ 'ਚ ਵੀ ਪਿੱਛੇ ਰਹਿ ਗਿਆ ਉਸ ਰਿਸਪੈਕਟ ਨੂੰ ਵਾਪਸ ਲੈ ਕੇ ਆਵਾਂਗੇ ਚੰਡੀਗੜ੍ਹ ਨੂੰ ਫਿਰ ਤੋਂ ਭਾਰਤ ਦਾ ਨਹੀਂ ਏਸ਼ੀਆ ਦਾ ਨੰਬਰ 1 ਸੁੰਦਰ ਸੋਹਣਾ ਸ਼ਹਿਰ ਬਣਾਵਾਂਗੇ ਅਤੇ ਬਿਨਾਂ ਕੋਈ ਨਵਾਂ ਟੈਕਸ ਲਾਏ ਬਣਾਵਾਂਗੇ ਚੰਡੀਗੜ੍ਹ ਵਿੱਚ ਵੀ ਦਿੱਲੀ ਵਾਂਗ ਜਗ੍ਹਾ ਜਗ੍ਹਾ ਸੀਸੀਟੀਵੀ ਕੈਮਰਾ ਲਾਏ ਜਾਣਗੇ ਅਤੇ ਸਭ ਤੋਂ ਵੱਡਾ ਦੁੱਖ ਜੋ ਮੈਨੂੰ ਚੰਡੀਗੜ੍ਹ ਵੇਖ ਕੇ ਹੁੰਦਾ ਮੈਂ ਬਚਪਨ ਤੋਂ ਇੱਥੇ ਆ ਰਿਹਾ ਇਹ ਜੋ ਕੂੜੇ ਦੇ ਵੱਡੇ ਵੱਡੇ ਪਹਾੜ ਵਰਗੇ ਢੇਰ ਲੱਗ ਗਏ ਨੇ ਇਹ ਬਹੁਤ ਵੱਡਾ ਇੱਕ ਦੁੱਖ ਹੈ ਚੰਡੀਗੜ੍ਹ ਵਰਗੇ ਸਾਫ਼ ਸ਼ਹਿਰ ਵਾਸਤੇ ਇਹਨਾਂ ਕੂੜੇ ਦੇ ਢੇਰਾਂ ਨੂੰ ਖਤਮ ਕੀਤਾ ਜਾਏਗਾ ਚੰਡੀਗੜ੍ਹ ਦੇ ਸ਼ਹਿਰੀ ਜੋ ਇਲਾਕੇ ਹੈਗੇ ਨੇ ਪਿੰਡਾਂ ਨੂੰ ਵੀ ਇਸੀ ਤਰਜ਼ 'ਤੇ ਡਿਵੈਲਪ ਕੀਤਾ ਜਾਏਗਾ ਵੇਖਿਆ ਜਾਂਦਾ ਲਾਲ ਡੋਰਾ ਦੇ ਬਾਹਰ ਦਾ ਜੋ ਏਰੀਆ ਹੈ ਲਾਲ ਡੋਰਾ ਦੇ ਆਸ ਪਾਸ ਦਾ ਜੋ ਏਰੀਆ ਉੱਥੇ ਡਿਵੈਲਪਮੈਂਟ ਨਹੀਂ ਹੁੰਦੀ ਉੱਥੇ ਵੀ ਇਕਵਲ ਡਿਵੈਲਪਮੈਂਟ ਕੀਤੀ ਜਾਏਗੀ ਅਤੇ ਚੰਡੀਗੜ੍ਹ ਨੂੰ ਡਾਰਕ ਸਪੋਟ ਫ੍ਰੀ ਕੀਤਾ ਜਾਏਗਾ ਅਤੇ ਇਸ ਤੋਂ ਇਲਾਵਾ ਇਹ ਕੁਛ ਕੰਮ ਨੇ ਮੈਂ ਕਹਿ ਰਿਹਾ ਸੀ ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਸਰਕਾਰ ਸੇਵਾ ਵਾਲੀ ਨੀਅਤ ਨਾਲ ਕੰਮ ਕਰੇ ਅਤੇ ਬੇਹਿਸਾਬ ਕੰਮ ਹੁੰਦੇ ਨੇ ਅੱਜ ਆਪਾਂ ਇੱਕ ਮੈਂਬਰਸ਼ਿਪ ਡਰਾਈਵ ਦਾ ਆਗਾਜ਼ ਕਰਨ ਜਾ ਰਹੇ ਹਾਂ ਜਿਹਦੇ 'ਚ ਇਹ ਆਪਣਾ ਜੋ ਏਜੰਡਾ ਹੈਗਾ ਇਹਨੂੰ ਘਰ ਘਰ ਲੈ ਕੇ ਜਾਇਆ ਜਾਏਗਾ ਇੱਥੇ ਆਮ ਆਦਮੀ ਪਾਰਟੀ ਦੇ ਬਹੁਤ ਸਾਰੇ ਸਾਥੀ ਮੌਜੂਦ ਨੇ ਤੁਹਾਡੇ ਸਾਰਿਆਂ ਦੀ ਜ਼ਿੰਮੇਵਾਰੀ ਹੈ ਇਹ ਮੈਸੇਜ ਜੋ ਅਰਵਿੰਦ ਕੇਜਰੀਵਾਲ ਜੀ ਦਾ ਹੈਗਾ ਇਹਨੂੰ ਹਰ ਘਰ ਤੱਕ ਪਹੁੰਚਾਉਣਾ ਹੈ ਅਤੇ ਜੋ ਮੈਨੂੰ ਕੁਛ ਲੋਕਾਂ ਨੂੰ ਮਿਲ ਕੇ ਲੱਗਿਆ ਵੀ ਚੰਡੀਗੜ੍ਹ ਦੇ ਲੋਕ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਚੰਡੀਗੜ੍ਹ ਦੇ ਲੋਕ ਬਹੁਤ ਵਾਰੀ ਬੀਜੇਪੀ ਨੂੰ ਮੌਕਾ ਦੇ ਚੁੱਕੇ ਨੇ ਕਾਂਗਰਸ ਨੂੰ ਮੌਕਾ ਦੇ ਚੁੱਕੇ ਨੇ ਹੁਣ ਕੁਛ ਨਵਾਂ ਲੱਭਦੇ ਨੇ ਇਹਨਾਂ ਦੇ ਵਾਅਦਿਆਂ ਤੋਂ ਪਰੇਸ਼ਾਨ ਹੋ ਚੁੱਕੇ ਨੇ ਅਤੇ ਤੁਸੀਂ ਇਹ ਮੈਂਬਰਸ਼ਿਪ ਡਰਾਈਵ ਜੋ ਅੱਜ ਤੋਂ ਸ਼ੁਰੂ ਹੋ ਰਹੀ ਹੈ ਇਸ ਸੰਦੇਸ਼ ਨੂੰ ਲੈ ਕੇ ਘਰ ਘਰ ਜਾਣਾ ਵੱਧ ਤੋਂ ਵੱਧ ਲੋਕਾਂ ਨੂੰ ਆਮ ਆਦਮੀ ਪਾਰਟੀ ਨਾਲ ਜੁੜਨ ਦੀ ਅਪੀਲ ਕਰਦੀ ਹੈ ਅਤੇ ਮੈਂ ਚੰਡੀਗੜ੍ਹ ਵਾਸੀਆਂ ਨੂੰ ਵੀ ਮੀਡੀਆ ਦੇ ਰਾਹੀਂ ਅਪੀਲ ਕਰਦਾ ਕਿ ਬਹੁਤ ਵਾਰੀ ਤੁਸੀਂ ਬੀਜੇਪੀ ਅਤੇ ਕਾਂਗਰਸ ਨੂੰ ਵੇਖ ਲਿਆ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇ ਕੇ ਵੇਖੋ ਤੁਹਾਨੂੰ ਸਾਰੀ ਜ਼ਿੰਦਗੀ ਫਿਰ ਪਾਰਟੀ ਬਦਲਣ ਦੀ ਲੋੜ ਨਹੀਂ ਪਏਗੀ ਇਹੋ ਜਿਹੀ ਸੇਵਾ ਇਹੋ ਜਿਹੇ ਕੰਮ ਤੁਹਾਨੂੰ ਚੰਡੀਗੜ੍ਹ ਵਿੱਚ ਕਰਕੇ ਵਿਖਾਵਾਂਗੇ ਕਿ
पंजाब यूनिवर्सिटी दे विच वाइस चांसलर दफ्तर दे बाहर विद्यार्थी संगठनां ने अज फिर तो हंगामा कीता अते वाइस चांसलर खिलाफ नारेबाजी कीती। एह सारे विद्यार्थी संगठन वाइस चांसलर दे खिलाफ रोस मुजहरा इसलिए कर रहे सी क्योंकि चार विद्यार्थियों उत्ते पुलिस वल्लों FIR दर्ज कीती गई है ते उस विच आरोप लगाया गया है कि उन्होंने वाइस चांसलर दे नाल हिंसक वर्ताव कीता है ते इस नूं चलदे ही विद्यार्थी संगठनों ने रोस मुजहरा किया है अते इस मौके विद्यार्थियों ने कहा कि वाइस चांसलर का प्रशासन विद्यार्थियों नूं डराउण की कोशिश कर रहा है जबकि वह डरन वाले नहीं। उन्हों का कहना है कि ऑफिस के बाहर उन्हों का यह धरना 20-25 दिनों तो लगातार चल रहा है लेकिन वाइस चांसलर ने उन्हों की एक भी गल नहीं सुनी। जो अभी अभी कल एक FIR हुई है चार स्टूडेंट्स पे, उस FIR के कंटेंट्स हैं 319 IPC और 339 IPC, मतलब कि उसके ऊपर सिंपल हर्ट करने का और रॉन्गफुली उसको रिस्ट्रेन करने का PC को। तो जो घटना थी उसमें PC हमारे यहाँ पे वोट डालने गए हुए थे और 25 दिन से हम उनसे बात करने की कोशिश कर रहे थे लेकिन उनका कोई जवाब नहीं था। 25 दिन से हम यहाँ पे प्रोटेस्ट कर रहे थे तो वहाँ पे हमने उनको घेरा और नारे लगाए स्टूडेंट्स ने, तो उन स्टूडेंट्स में से चार के ऊपर FIR की गई। ये घटना थी पिछले महीने 25 तारीख पिछले महीने। ओके, और FIR का हाँ, मतलब पूरा एक महीना हो गया शायद उसको, तो एक महीने बाद ही FIR दर्ज हुई है। देखो सर, जे DC ऑफिस के बाहर प्रोटेस्ट करने की लोड़ ही ना पैंदी, जे पर्चा नंदा परचा कर बेबुनियाद परचा है, झूठा परचा है। वो कहते साड़ी फीलिंग्स नूं हर्ट किया, साढ़े हाथ चक्या कि नहीं हाथ चक्या, वीडियो से प्रूफ है ना, असी हाथ तो लाया भी नहीं, लाया तक नहीं। जो तुम स्टूडेंटा के सवालों के जवाब ना दोगे, थोनू मेमोरेंडम से मेमोरेंडम दिते जाएंगे, ढीठ बन के मेमोरेंडम एक फोटो खिचा के रख दोगे तो फिर वो स्टूडेंट का घराओ करे। हाँ, घराओ करके थोड़े तो क्वेश्चन पूछे है, तुम वह क्वेश्चन के जवाब दे देना, तुम परचा देता, जवाब नहीं देता साढ़े परचा पाता। यूनिवर्सिटी बड़ी गल उठती है भी RSS BJP का बीजी है, तो इस चीज करके उन्हें प्रूव करता भी हाँ भी मैं BJP का चीजा हाँ प्रेशर प्रूशर पा के उन्हें झूठा परचा पाता, उन्हें सानू प्रूफ देता है हाँ भी मैं वाकई RSS BJP तो बिलोंग करता। विद्यार्थियों का कहना है कि FIR घटना के एक महीने बाद दर्ज की गई है और अजिही कोई भी सच्चाई वीडियो दे विच भी सामने नहीं आई, तो वीडियो विच साफ दिखाई दे रहा है कि विद्यार्थियों ने किसी भी तरह की हिंसा नहीं की। उन्होंने कहा कि जे विद्यार्थियों उत्ते की गई FIR कैंसल ना की गई तो वह हाई कोर्ट का दरवाजा भी खड़काउणगे। जगबाणी TV लई चंडीगढ़ तो भगवत सिंह की रिपोर्ट। ऑनरेबल CM साहब, पंजाब दे विच जिहड़ा तुसीं 1 तरीक तो 4 घंटे बिजली देण दा तुगलकी फरमान कीता, इहनूं कृपा करे वापस लो ते बिजली दी सप्लाई 8 घंटे करो क्योंकि इह तां जीरी वास्ते अखीरला पाणी है ते इसे गिल ते अगे कणक बीजी जाणी है। आपां सरकारां कह रहीआं, पंजाब सरकार वार वार कह रही कि पाणी बचाओ, ते जे पिछेती कटाई होई ते फिर अगली बिजाई भी पिछेती होणी है। तुसीं क्यों नहीं समझदे कि कोई पक्की फसल च फालतू पाणी कोई लाऊगा ਕਿਹੜਾ ਛੱਡੂਗਾ? ਔਰ ਸਹੀ ਪਾਣੀ ਦੀ ਪਾਣੀ ਤੇ ਪ੍ਰੋਪਰ ਬਿਜਲੀ ਹੋਵੇ ਤਾਂ ਸਾਰਾ ਕੁਝ ਠੀਕ ਹੁੰਦਾ, ਕਿਉਂਕਿ ਜੇ ਪਾਣੀ ਦੀ ਘਾਟ ਰਹੀ ਜਾਂ ਪ੍ਰੋਪਰ ਪਾਣੀ ਨਾ ਮਿਲਿਆ ਬਿਜਲੀ ਦੀ ਘਾਟ ਕਰਕੇ ਤੇ ਉਹ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਜੀਰੀ ਦੀ ਕਟਾਈ ਚ ਤੇ ਅਗਲੀ ਫਸਲ ਦੀ ਬਿਜਾਈ ਦੇ ਵਿੱਚ। ਇਹ ਪਿਛਲੇ ਸਾਲ ਵੀ ਆਈਆਂ ਸੀ, ਕੰਬਾਈਨਾਂ ਖੁੱਭ ਗਈਆਂ ਲੋਕਾਂ ਦੀਆਂ, ਤੇ ਜਿਹੜੀ ਸੁਪਰ ਸੀਡਰ ਨਾਲ ਬੀਜੀ ਸੀ ਉਹ ਕਣਕ ਦੀ ਪੁੱਕਣ ਦੇ ਵਿੱਚ ਪ੍ਰੋਬਲਮ ਆਈ। ਸੋ ਕਿਰਪਾ ਕਰਕੇ ਫੈਸਲਾ ਦੁਆਰਾ ਦੇਖੋ ਤੇ ਕੱਲਾ ਨਿਰੇ ਪੂਰੇ ਇਹ ਅਫਸਰਾਂ ਦੇ ਬੈਠੇ ਉਹਨਾਂ ਦੀਆਂ ਸਲਾਹਾਂ ਤੇ ਨਾ ਚੱਲਿਆ ਕਰੋ, ਜ਼ਮੀਨ ਤੋਂ ਵੀ ਖਬਰ ਲੈ ਲਿਆ ਕਰੋ, ਕਿਸੇ ਕਿਸਾਨ ਨੂੰ ਪੁੱਛ ਲਿਆ ਕਰੋ ਕਦੋਂ ਕੀ ਚਾਹੀਦਾ। ਪਾਣੀ ਵੇਸਟ ਨਹੀਂ ਕਰਦੇ, ਪੰਜਾਬ ਦੇ ਲੋਕ ਬਹੁਤ ਸਿਆਣੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ਉੱਤੇ ਪੂਰੇ ਮੁਲਕ ਦੇ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਂ ਉਤਸਵ ਮਨਾਇਆ ਜਾ ਰਿਹਾ ਹੈ ਤੇ ਇਸ ਦੇ ਚੱਲਦੇ ਚੰਡੀਗੜ੍ਹ ਦੇ ਵਿੱਚ ਨਗਰ ਨਿਗਮ ਵੱਲੋਂ ਵੀ ਬੀਤੇ ਹਫ਼ਤੇ ਤੋਂ ਕਈ ਸਮਾਗਮ ਕਰਵਾਏ ਜਾ ਰਹੇ ਨੇ ਤੇ ਇਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਦੇ ਵਿੱਚ ਨਗਰ ਨਿਗਮ ਵੱਲੋਂ ਵੇਸਟ ਟੂ ਮਟੀਰੀਅਲ ਯਾਨੀ ਕਿ ਕਚਰੇ ਦੇ ਨਾਲ ਆਰਟ ਦੀ ਗੈਲਰੀ ਲਗਾਈ ਗਈ ਸੀ ਤੇ ਇਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਨਗਰ ਨਿਗਮ ਦੇ ਮੇਅਰ ਰਵੀ ਕਾਂਤ ਸ਼ਰਮਾ ਵੀ ਹਾਜ਼ਰ ਰਹੇ। ਇਸ ਗੈਲਰੀ ਦੇ ਵਿੱਚ ਕਈ ਸੰਸਥਾਵਾਂ ਸਕੂਲਾਂ ਵੱਲੋਂ
हिस्सा लिया गया सी ते इस विच कचरे दे नाल आर्ट सिरजन दा चंगा उदाहरण दिता गया ते अजिहां कई चीजां जो असीं कचरे विच सुट दिंदे हां उहनां दे नाल बेहतर अते शानदार चीजां भी बनाईयां जा सकदियां ने। इस मौके मेयर रविकांत शर्मा ने गैलरी वेखी अते उहनां इस दी तारीफ कीती। स्कूलों के बच्चों ने जहाँ पे एग्जीबिशन लगाई है, आप सब ने भी घूम के देखा होगा, और एक हमारे हमारे लिए इस चीज़ में जो प्रेरणा स्रोत रहे हैं चंडीगढ़ से, जिनको आज विश्व पूरे विश्व में जिनको आज लोग जानते हैं, हमारे बीच में नहीं है नेकचंद जी, उनके सपुत्र ने भी जहाँ पे एक स्टॉल लगाया, तो मैं उनसे यही बात कर रहा था कि आपने तो बहुत साल पहले लोगों को ये सिखाना शुरू कर दिया था कि जब चंडीगढ़ शायद बसा ही होगा कि तब से सिखाना शुरू कर दिया कि वेस्ट को कैसे हम यूज़ कर सकते हैं, उससे कैसे कलाकृतियां बना सकते हैं। तो नेकचंद जी को मैं यहां से नमन करता हूं, और जिस तरह से आज मैं देख रहा हूं कि स्कूल के बच्चों ने यहां प्रदर्शनी लगाई है और क्या क्या चीज़ें उन्होंने बना के यहाँ पर लाई है जिसको हम सोच भी नहीं सकते। न्यूज़पेपर से उन्होंने बैग तक, स्टैंड तक, पेन स्टैंड या और चीज़ें अपना, उसके फोटो फ्रेम, वो सारी चीज़ें जो है वो स्कूल के बच्चों ने, अभी से बच्चे जो आठवीं दसवीं में पढ़ रहे हैं उनका इस और कितना ध्यान है कि हमारा आने वाले सपनों का भारत कल को कहीं ऐसा ना हो, कहीं गंदा ना हो, जिसकी हम कल्पना करते हैं अच्छे भारत की, उसकी और ये स्कूल वालों ने जो कदम उठाया, मैं सभी स्कूल्स का, उनके प्रिंसिपल्स का और उन बच्चों को खासकर जिन्होंने इस और अपना ध्यान लगाया है, उनको बहुत बहुत धन्यवाद देता हूँ। जगबाणी टीवी ले चंडीगढ़ तो भगवत सिंह की रिपोर्ट। ताज़ा इस बुलेटिन दे विच पास से नहीं, फिर होगी मुलाकात। सत श्री अकाल।